दोस्तों सारिया नूं सत श्री अकाल सलाम वालेकम नमस्कार। दोस्तों अज असीं पहुँचे हुए हाँ पिंड घराचों जो कि भवानीगढ़ संगरूर दे नाल अटैच आ, जिहड़ा कि सुनाम तो जिहड़ी भवानीगढ़ नूं सड़क जांदी आ। असीं बिल्कुल रोड दे उपर खड़ेंगे। असीं अज तुहाडे नाल गल्लबात करावांगे खान एगरो इंडस्ट्री, जिहदे विच वख-वख तरह दे आपां खेतीबाड़ी दे संद बणदे ने, जिवें घरेलू भी संद बणदे ने, उहनां नाल गल्लबात करावांगे। जिन्हां ने अपना चैनल सबसक्राइब नहीं किया यूट्यूब चैनल सरदार मलवई गिद्धा ग्रुप संगरूर, चैनल नू सारे जने सबसक्राइब कर लो, नाले घंटी वाला बटन जरूर दब लो ताकि जिहड़ियां अपनियां वीडियो ने तुहाडे कोले आउंदियां रहन ते आपां जानकारी हासिल करदे रहिए। आओ हुण खान ब्रदर्स नाल गल करिए। खान साहब सलाम वालेकुम जी। वालेकुम सलाम, ਤੁਹਾਡਾ ਸਵਾਗਤ ਹੈ ਜੀ ਸਾਡੇ ਯੂਟਿਊਬ ਚੈਨਲ ਸਰਦਾਰ ਨਲਵਈ ਗਿੱਧਾ ਗਰੁੱਪ ਸੰਗਰੂਰ ਦੇ ਉੱਤੇ ਜੀ। ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ, ਤੁਸੀਂ ਸਾਡੇ ਇੰਟਰਵਿਊ ਲੈਣ ਲਈ ਅਤੇ ਸਾਡੀ ਦੁਕਾਨ ਦੀ ਖਾਨ ਐਗਰੋ ਇੰਡਸਟਰੀ ਐਡ ਲਾਉਣ ਲਈ ਉਰੇ ਪਹੁੰਚੇ। ਅਤੇ ਖਾਨ ਸਾਹਿਬ ਆਪਣੇ ਜਿਹੜੇ ਖਾਨ ਐਗਰੋ ਇੰਡਸਟਰੀ ਦੇ ਵਿੱਚ ਕੀ ਬਣਦਾ, ਸਾਨੂੰ ਉਹਦੇ ਬਾਰੇ ਜਿਹੜੀ ਜਾਣਕਾਰੀ ਥੋੜ੍ਹੀ ਖੁੱਲ੍ਹ ਕੇ ਦਿਓ। ਉਰੇ ਵੀਰੇ ਟਰਾਲੀ ਵਗੈਰਾ ਔਰ ਰੂਟਾਵੀਟਰ, ਪੈਡੀ ਕਲੀਨਰ, ਕਰਚਿਆਂ ਵਾਲਾ ਕਟਰ ਵੀਰੇ, ਹਲ, ਲਗਭਗ ਸਾਰੀਆਂ ਆਈਟਮਾਂ ਔਡਰ 'ਤੇ ਤਿਆਰ ਕਰਦੇ ਹਾਂ ਅਤੇ ਉਹਦੇ ਵਿੱਚ 80% ਆਈਟਮ ਜਿਹੜੀ ਉਹ ਤੁਹਾਡੇ ਕੋਲ ਬਣੀ ਹੋਈ ਮਿਲੂਗੀ। ਅਤੇ ਜਿਵੇਂ ਹੁਣ ਆਪਾਂ ਨੇ ਆਹ ਟਰਾਲੀ ਵੀ ਤਿਆਰ ਕੀਤੀ ਆ, ਹੈ ਨਾ, ਅਤੇ ਇਹ ਟਰਾਲੀ ਬਾਰੇ ਵੀ ਸਾਨੂੰ ਥੋੜ੍ਹੀ ਜਾਣਕਾਰੀ ਜ਼ਰੂਰ ਦਿਓ। ਇਹ ਟਰਾਲੀ ਵੀਰੇ, ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਹੁੱਕਾ ਜਿਹੜੀ ਆਪਣੀ ਬਹੁਤ ਜ਼ਿਆਦਾ ਹੈਵੀ ਲੱਗੀ ਹੋਈ ਆ ਅਤੇ ਹੁੱਕ ਦੀ ਫੁੱਲ ਗਰੰਟੀ ਹੈ ਵੀਰੇ ਆਪਣੀ, ਕੋਈ ਵੀ ਕੰਪਲੇਂਟ ਆ ਗਈ ਤਾਂ ਸਾਡੀ ਜ਼ਿੰਮੇਵਾਰੀ ਹੋਵੇਗੀ। ਅਤੇ ਬਾਕੀ ਡਿਜ਼ਾਇਨਿੰਗ ਵੀ ਹੁੱਕ 'ਤੇ ਆਪਣੀ ਖਰਾਦ 'ਤੇ ਮਸ਼ੀਨ 'ਤੇ ਚਾੜ ਕੇ ਕੀਤੀ ਹੋਈ ਆ। ਅਤੇ ਆਹ ਜਿਵੇਂ ਤਾਰਾਂ ਲਾਈਆਂ ਨੇ ਆਪਾਂ ਦੇਖ ਰਹੇ ਹਾਂ, ਇਹ ਕਾਹਦੇ ਵਾਸਤੇ ਲਾਈਆਂ ਨੇ? ਇਹ ਵੀਰੇ ਇਹਦੇ ਵਿੱਚ ਲਾਈਟਿੰਗ ਹੋਈ ਆ ਵੀਰੇ ਆਪਣੇ ਸਾਰੀ ਚੱਕਿਆਂ ਵਗੈਰਾ ਨੀਚੇ, ਅਤੇ ਇਦੂ ਬਾਅਦ ਇਸ ਤੋਂ ਜਦੋਂ ਕੋਈ ਸਮਾਨ ਧਾਰੀ ਆਪਾਂ ਰਾਤ ਨੂੰ ਹਨੇਰਾ ਹਨੂਰਾ ਹੋ ਜਾਂਦਾ ਵੀਰੇ। ਅੱਛਾ ਅੱਛਾ, ਇਹ ਵੀਰੇ ਲਾਈਟਿੰਗ ਜਿਵੇਂ ਇਹਦੇ ਵਿੱਚ ਵੀ ਤੁਸੀਂ ਲਾਈਟ ਲਾਈ ਆ? ਹਾਂਜੀ ਵੀਰੇ, ਹਾਂਜੀ, ਕਈ ਵਾਰੀ ਕੋਈ ਬਰੀਕ ਸਮਾਨ ਪਿਆ ਹੁੰਦਾ ਨਾ ਆਪਣਾ ਤਾਂ ਉਹ ਅਸੀਂ ਲੱਭਦਾ ਨਹੀਂ, ਜ਼ਿਆਦਾ ਸਮਾਨ ਹੋ ਤਾਂ ਆਪਾਂ ਲਾਈਟ ਵਗੈਰਾ ਲਾ ਸਕਦੇ ਵੀਰੇ। ਜਿਹੜੇ ਲੌਕ ਲਾਇਆ ਇਹ ਕਿਸ ਤਰ੍ਹਾਂ ਦਾ ਲਾਇਆ ਨਾ? ਇਹ ਲੌਕ ਵੀਰੇ ਤਰੀਕੇ ਨਾਲ ਲਾਇਆ, ਇਹਦੇ ਵਿੱਚ ਥੋੜ੍ਹਾ ਸਪਰਿੰਗ ਵਗੈਰਾ ਡਾਲ ਕੇ ਸ਼ੋ ਨਹੀਂ ਹੁੰਦਾ ਵੀਰੇ ਕਿਸੇ ਨੂੰ, ਤੁਸੀਂ ਦੇਖ ਹੀ ਰਹੇ ਹੋ ਖੁਦ ਵੀ ਜਦੋਂ ਆਪਾਂ ਲੌਕ ਲਾਇਆ ਤਾਂ ਆਮ ਬੰਦਾ ਇਹਨੂੰ ਖੋਲ੍ਹ ਨਹੀਂ ਸਕਦਾ ਵੀਰੇ। ਜਿਹੜਾ ਬੰਦਾ ਮੇਨ ਆ ਉਹੀ ਖੋਲੂ, ਜਿਹਨੂੰ ਪਤਾ ਹੈਗਾ ਉਹੀ ਲੌਕ ਖੋਲ੍ਹ ਸਕਦਾ, ਨਹੀਂ ਹੋਰ ਨਹੀਂ ਕਿਸੇ ਨੂੰ ਕੁਛ ਪਤਾ ਵੀਰੇ। ਇਹ ਟਰਾਲੀ ਦੀ ਹੋਰ ਕੀ ਖਾਸੀਅਤ ਆ ਉਹ ਵੀ ਦੱਸ ਦਿਓ। ਹੋਰ ਵੀਰੇ ਇਹਨੂੰ ਮੋਡੀਫਾਈ ਕਰਨ ਲਈ ਅਸੀਂ ਨੇ ਆਹ ਬੇਲਚੇ ਵਗੈਰਾ ਉਹ ਗੈਂਤੀ ਲਾਈ ਆ ਵੀਰੇ, ਉੱਧਰ ਪਰਲੀ ਸਾਈਡ ਉਹ ਗੈਂਤੀ ਲਾਈ ਆ, ਬਾਕੀ ਸਕਾਰਪੀਓ ਦੇ ਲਾਏ ਪਾਏ ਨੇ ਟਾਇਰ ਵੀ ਸਕਾਰਪੀਓ ਦਾ, ਅਤੇ ਹਿੱਸਾ ਫੁੱਲ ਹੈਵੀ ਆ ਵੀਰੇ, ਠੋਸ ਆ ਹਿੱਸਾ ਜਿਹੜਾ ਇਹਦੇ ਵਿੱਚ ਹਿੱਸਾ ਲੱਗਿਆ ਉਹ ਠੋਸ ਆ ਵੀਰੇ ਪੂਰਾ, ਹੈ ਨਾ, ਸਕਾਰਪੀਓ ਦੇ ਟਾਇਰ ਨੇ ਨਾ? ਹਾਂ ਵੀਰੇ, ਸਕਾਰਪੀਓ ਦੀ ਟਾਇਰ ਲੱਗੇ ਹੋਏ ਨੇ ਵੀਰੇ 'ਚ। ਅਤੇ ਜਿਵੇਂ ਆਹ ਵਾਲਾ ਇਹ ਸਟੀਲ ਥੋੜ੍ਹਾ ਜਿਹਾ ਵੱਖਰਾ ਕਰਤਾ ਆਪਾਂ, ਹੈ ਨਾ, ਲੋਹੇ ਦਾ ਤਾਂ ਹਰ ਇੱਕ ਬੰਦਾ ਲਾਉਂਦਾ, ਆਪਾਂ ਇਹਦੇ ਵਿੱਚ ਸਟੀਲ ਦਾ ਲਾਇਆ, ਇਹਦੀ ਪੂਰਾ ਹੈਵੀ ਆ 304 ਗ੍ਰੇਡ ਦਾ ਵੀਰੇ, ਸਾਰੀ ਉਮਰ ਦੀ ਗਰੰਟੀ ਆਪਣੀ ਜੇ ਇਹਨੂੰ ਜ਼ਰ ਲੱਗ ਗਏ। ਹਾਂਜੀ ਵੀਰੇ, ਅਤੇ ਮਤਲਬ ਕਿ ਇਹ ਟਰਾਲੀ ਕਿੱਥੋਂ ਕਿੱਥੇ ਜਾਣੀ ਆ ਇਹ ਤਿਆਰ ਹੋ ਕੇ? ਇਹ ਵੀਰੇ ਮੁੰਡੇ ਆਸਟ੍ਰੇਲੀਆ PR ਨੇ ਆਪਣੇ ਨਵੇਂ ਸ਼ਹਿਰ ਤੋਂ, ਉਹ 10-20 ਦਿਨ ਉਰੇ ਘੁੰਮਣਗੇ ਇਹਦੇ ਵਿੱਚ, ਕੱਲ੍ਹ ਨੂੰ ਆਪਣੀ ਜਹਾਜ਼ 'ਚ ਵਗ ਜੂ ਇਹ, ਅਤੇ ਉਸ ਤੋਂ ਬਾਅਦ ਉਹਨਾਂ ਨੇ ਆਸਟ੍ਰੇਲੀਆ ਨਾਲ ਹੀ ਲੈ ਕੇ ਜਾਣੀ ਆ ਵੀਰੇ, ਉੱਥੇ ਸਿਟੀਜ਼ਨ ਨੇ ਉਹ। ਅੱਛਾ, ਆਸਟ੍ਰੇਲੀਆ ਜਾਣੀ ਹੈ ਟਰਾਲੀ? ਹਾਂਜੀ ਵੀਰੇ, ਹਾਂਜੀ। ਅਤੇ ਹੋਰ ਕੀ ਆਪਾਂ ਨੇ ਇਹਦੇ ਵਿੱਚ ਲਾਇਆ ਉਹ ਵੀ ਮਾੜਾ ਜਿਹਾ ਦੱਸ ਦਿਓ। ਹੋਰ ਵੀਰੇ ਯਾਰ ਜਿਹੜੇ ਆਪਣੇ ਡਾਲਾ ਗਾ, ਡਾਲਾ ਦੂਜੇ ਸੰਗਲ ਵਗੈਰਾ ਤਾਂ ਹਰਿਕ ਲਾਉਂਦਾ, ਅਸੀਂ ਨੇ ਨਵੀਂ ਕੁਆਲਿਟੀ ਦੇ ਲੌਕ ਲਾਏ ਨੇ ਵੀਰੇ ਇਹਦੇ, ਸਪਰਿੰਗ ਪਾ ਕੇ ਵੀਰੇ। ਇਹਨੂੰ ਆਪਾਂ ਟਰਾਲੀ ਵੀ ਕਹਿ ਸਕਦੇ ਹਾਂ ਛੋਟੀ, ਹੈ ਨਾ? ਹਾਂ ਵੀਰੇ, ਛੋਟੀ ਟਰਾਲੀ, ਕਈ ਵਾਰੀ ਜਿਵੇਂ ਆਪਾਂ ਫਸਲ ਵਾਰੀ ਵੱਢਦੇ ਹਾਂਗੇ ਫਸਲ, ਕਈ ਵਾਰੀ ਆਪਣੇ ਕਿੱਲੇ 4 ਕਿੱਲੇ ਦੀ ਫਸਲ ਪੈ ਗਈ, 1/2 ਕਿੱਲੇ ਰਹਿ ਗਈ, ਤਾਂ ਜੇ ਥੋੜ੍ਹੀ ਬੜੀ ਫਸਲ ਪੈ ਸਕਦੀ ਬਚ ਜਾਂਦੀ ਆਪਣੀ, ਚਾਹੇ ਇਹਨੂੰ ਟਰੈਕਟਰ ਵਾਂਗਰ ਪਾ ਲਓ ਚਾਹੇ ਜੀਪ ਵਾਂਗਰ ਪਾ ਲਓ ਵੀਰੇ ਇਹਨੂੰ, ਜਿਵੇਂ ਕੋਈ ਰੇਹ ਵਗੈਰਾ ਲੈ ਕੇ ਆਉਣਾ ਘਰ ਦਾ ਸਮਾਨ ਲੈ ਕੇ, ਜਿਵੇਂ ਆਪਾਂ ਜੀਪ ਵਗੈਰਾ 'ਚ ਖੇਤ ਖੂਤ ਗੇੜਾ ਮਾਰਨ ਜਾਂਦੇ ਹਾਂ ਤਾਂ ਰੇਹ ਵੀ ਧਰ ਕੇ ਲੈ ਜਾਓ, ਜਾਂ ਆਪਾਂ ਕਿਤੇ ਸ਼ਹਿਰ ਜਾਂਦੇ ਹਾਂ ਉੱਥੇ ਬਾਜ਼ਾਰ ਬਜ਼ੂਰ 'ਚ ਵੜ ਜਾਂਦੀ ਆ ਵੀਰੇ ਇਹ। ਜਿਹੜੇ ਅੱਜ ਕੱਲ੍ਹ ਇਸ ਤਰ੍ਹਾਂ ਜਮਾਂ ਮੋਡੀਫਾਈ ਟਰਾਲੀਆਂ ਆਪਾਂ ਦੇਖਦੇ ਹਾਂ, ਹੈ ਨਾ, ਵੀ ਇਹ ਬਿਲਕੁਲ ਆਮ ਇੱਕ ਬੰਦਾ, ਹੈ ਨਾ, ਹੱਥ ਨਾਲ ਵੀ ਇਹਨੂੰ ਖਿੱਚ ਕੇ ਲੈ ਜਾਂਦਾ? ਹਾਂ ਵੀਰੇ, ਹੱਥ ਨਾਲ ਚੱਕੀ ਜਾਂਦੀ ਆ। ਅਤੇ ਇਹਦਾ ਅੱਜ ਕੱਲ੍ਹ ਕਿੰਨਾ ਕੁ ਸ਼ੌਂਕ ਆ ਜਿਹੜੇ ਅੱਜ ਦੇ ਨੌਜਵਾਨ ਨੇ, ਹੈ ਨਾ, ਆਹ ਕਾਹਦੇ ਵਾਸਤੇ ਲੈਣੇ? ਇਹ ਵੀਰੇ ਕਈ ਵਾਰੀ ਕੋਈ ਚੀਜ਼ ਮਤਲਬ ਕਿ ਟੋਚਣ ਪਾਉਣ ਵਾਸਤੇ,
ਦੋਨੇ ਸਾਈਡ ਤੋਂ ਉੱਚਨ ਪੈ ਜਾਊਗਾ ਵੀ ਖਿੱਚ ਸਕਦਾ ਬੰਦਾ ਇਹਨੂੰ। ਤੇ ਸ਼ੌਂਕ ਦੀ ਆਪਾਂ ਗੱਲ ਕਰੀ ਸੀ ਪਹਿਲਾਂ ਵੀ, ਗੱਲ ਵਿਚਾਲੇ ਰਹਿ ਗਈ ਵੀ ਉਹ ਸ਼ੌਂਕ ਅੱਜ ਕੱਲ੍ਹ ਕਿੰਨਾ ਕੁ ਨਵੇਂ ਮੁੰਡਿਆਂ ਨੂੰ? ਸ਼ੌਂਕ ਤਾਂ ਵੀਰੇ ਯਾਰ 99% ਮੁੰਡਿਆਂ ਨੂੰ ਸ਼ੌਂਕ ਆ, ਨਵੇਂ ਮੁੰਡੇ ਖੇਤੀ 'ਚ ਪੈ ਰਹੇ ਨੇ ਉਹ ਮੋਡੀਫਾਈ ਚੀਜ਼ਾਂ ਹੀ ਲੈਂਦੇ ਨੇਗੇ। ਜਿਵੇਂ ਹੁਣ ਤੁਸੀਂ ਆਹ ਮੁੰਡੇ NRI ਨੇ ਖੇਤੀ ਵੀ ਕਰਦੇ ਨੇ ਵੀਰੇ, ਜਦੋਂ ਇੱਧਰ ਆ ਜਾਂਦੇ ਨੇ ਉਹ ਖੇਤੀ ਕਰਦੇ ਨੇ ਆ ਕੇ, ਤਾਂ ਉਹਨਾਂ ਨੇ ਖੇਤੀ ਵੀ ਕਰਨਗੇ ਹੁਣ ਇਹਨੂੰ। ਅਤੇ ਇਸ ਤੋਂ ਬਾਅਦ ਉਹਨਾਂ ਨੂੰ ਥੋੜ੍ਹੀ ਜ਼ਿਆਦਾ ਵਧੀਆ ਲੱਗੀ, ਉਹ ਕੱਲ੍ਹ ਆ ਕੇ ਗਏ ਨੇ ਨਾ ਉਹ ਦੇਖੀ, ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਨਾਲ ਆਸਟ੍ਰੇਲੀਆ ਲੈ ਕੇ ਜਾਣੀ ਆ ਟਰਾਲੀ ਇਹ। ਆਪਾਂ ਦੇਖਿਆ ਵਾ ਮੋਰਨੀ ਵੀ ਲਾਈ ਹੈ ਨਾ ਤੁਸੀਂ ਨੇ, ਇਹ ਮੋਰਨੀ ਆ ਵੀ ਵਿੱਚ ਸਾਂਚਾ ਫਿੱਟ ਕਰਤਾ ਇਹ ਤੁਸੀਂ? ਹਾਂਜੀ ਹਾਂਜੀ ਵੀਰੇ, ਮੋਰਨੀ ਸਾਂਚਾ ਫਿੱਟ ਕਰਤਾ ਵਿੱਚ ਵੀਰੇ। ਅਤੇ ਇੱਕ ਆਪਾਂ ਹੋਰ ਇੱਕ ਹੋਰ ਆਈਟਮ ਤੁਸੀਂ ਕਹਿ ਰਹੇ ਤੇ ਆ, ਇਹ ਕੀ ਆਈਟਮ ਹੈ ਜੀ? ਇਹ ਵੀਰੇ ਯਾਰ ਜਦੋਂ ਆਪਾਂ ਕਿਤੇ ਬਾਹਰ ਅੰਦਰ ਜਾਂਦੇ ਹਾਂ, ਮਤਲਬ ਕਿ ਰਸਤੇ 'ਚ ਆਪਾਂ ਖੜ੍ਹ ਜਾਂਦੇ ਖਾਣ ਪੀਣ ਵਾਸਤੇ, ਤਾਂ ਉਰੇ ਕੋਕ ਵਗੈਰਾ ਔਰ ਜੋ ਵੀ ਕੁਛ ਖਾਣਾ ਪੀਣਾ ਆਪਾਂ ਧਰ ਕੇ ਉਰੇ ਖਾ ਸਕਦੇ ਹਾਂ ਵੀਰੇ। ਜਿਵੇਂ ਆਹ ਹੁਣ ਇੱਥੇ ਵੀ ਤੁਸੀਂ ਲਾਈਟ ਫਿੱਟ ਕੀਤੀ ਆ? ਹਾਂਜੀ ਹਾਂਜੀ ਵੀਰੇ, ਲਾਈਟ ਆ ਜਿਵੇਂ ਮਤਲਬ ਆਪਾਂ ਕਿਤੇ ਹਨੇਰਾ ਹੋ ਗਿਆ ਆਪਾਂ ਨੂੰ, ਤਾਂ ਹਨੇਰੇ ਦੇ ਵਿੱਚ ਆਪਾਂ ਖੜ੍ਹ ਜਾਂਦੇ ਹਾਂ ਕਿਸੇ ਰਸਤੇ 'ਚ, ਤਾਂ ਉੱਧਰ ਆਪਣੀ ਜਾਂ ਟਰੈਕਟਰ ਜਾਂ ਜੋ ਵੀ ਕੁਛ ਟਰਾਲੀ ਪਾਈ ਹੋਈ ਜਾਂ ਜੀਪ ਮਗਰ ਪਾਈ ਹੋਈ, ਤਾਂ ਉੱਥੇ ਆਪਾਂ ਲਾਈਟਿੰਗ ਕਰਕੇ ਦੀ ਤਾਂ ਖਾ ਪੀ ਸਕਦੇ ਹਾਂ ਵੀਰੇ। ਇਹ ਮਤਲਬ ਕਿ ਫੁੱਲ ਤੁਸੀਂ ਨੇ ਇਲੈਕਟ੍ਰਿਕ ਕੀਤੀ ਹੈ ਨਾ, ਵੀ ਇਹ ਫੁੱਲ ਇਲੈਕਟ੍ਰੀਕਲ ਬਣਾਈ ਆ, ਇਹਦੇ ਇੰਡੀਕੇਟਰ ਵੀ ਨੇ ਪਿੱਛੇ ਹੈ ਨਾ? ਹਾਂਜੀ ਹਾਂਜੀ ਵੀਰੇ, ਉਹ ਲਾਈਟਿੰਗ ਹੋਈ ਹੋਈ ਆ ਨੀਚੇ, ਇਹਦੇ ਇੰਡੀਕੇਟਰ ਚੱਲਦੇ ਨੇ ਵੀਰੇ, ਪਾਰਕਿੰਗ ਆ ਇਹ। ਜਿਵੇਂ ਟਰੈਕਟਰ ਦੇ ਇੰਡੀਕੇਟਰ ਆਪਾਂ ਸਾਈਡ 'ਤੇ ਲੱਗ ਜਾਣਗੇ ਤਾਂ? ਹਾਂਜੀ ਹਾਂਜੀ, ਉਹ ਪਾਰਕਿੰਗ ਦਿੱਤੀ ਹੋਈ ਆ ਇਹਦੇ ਮੂਹਰੇ, 3 ਫਿਊਜ ਕੱਢੇ ਹੋਏ ਨੇ ਵੀਰੇ ਉਸ ਹਿਸਾਬ ਨਾਲ। ਠੀਕ ਆ ਵੀ, ਜੇ ਇਹ ਟਰਾਲੀ ਕਿੰਨੇ ਕੁ ਦਿਨਾਂ 'ਚ ਤਿਆਰ ਕਰ ਦਿੰਦੇ ਹੋ ਤੁਸੀਂ ਜੇ ਆਰਡਰ ਆਉਂਦਾ? ਟਰਾਲੀ ਵੀਰੇ ਮਤਲਬ ਕਿ ਜਿਵੇਂ ਇਹ ਟਰਾਲੀ ਆ ਮੋਡੀਫਾਈ ਆ ਪੂਰੀ, ਇਹ ਆਪਾਂ 3 ਤੋਂ 4 ਦਿਨਾਂ ਦੇ ਵਿੱਚ ਔਡਰ ਅਗਲੇ ਨੂੰ ਦੇ ਦਾਂਗੇ ਵੀਰੇ। ਬਾਕੀ ਜੇ ਥੋੜ੍ਹਾ ਬਹੁਤ ਅਗਲੇ ਨੇ ਹੋਰ ਮੋਡੀਫਾਈ ਕਰਾਉਣੀ ਆ, ਤਾਂ ਉਹ ਕਸਟਮਰ ਆਪ ਤੁਹਾਡੇ ਨਾਲ ਗੱਲ ਕਰਕੇ ਆ ਕੇ, ਤਾਂ ਉਹ ਉਵੇਂ ਦੀ ਮੋਡੀਫਾਈ ਕਰਾ ਸਕਦਾ। ਜਿਵੇਂ ਨਕਸ਼ਾ ਦੇ ਦੇ ਤੁਹਾਨੂੰ ਕੋਈ ਨਾ? ਹਾਂਜੀ ਹਾਂਜੀ ਵੀਰੇ, ਨਕਸ਼ਾ ਦੇ ਜਿਵੇਂ ਵੀ ਸਾਨੂੰ ਕਹੂਗਾ ਆਪਾਂ ਉਵੇਂ ਦੀ ਟਰਾਲੀ ਮੋਡੀਫਾਈ ਕਰ ਦਾਂਗੇ। ਕੁਛ ਕੁ ਅਗਲਾ ਕਹਿ ਦੂਗਾ, ਕੁਛ ਕੁ ਆਪਣਾ ਜੋ ਚੱਲੇ ਰਿਹਾ ਉਹ ਤੁਹਾਨੂੰ ਆਪਾਂ ਦਿਖਾਈ ਰਹੇ ਹਾਂ। ਇੱਕ ਆਪਾਂ ਜਿਵੇਂ ਦੇਖਿਆ ਨਾ ਜਿਵੇਂ ਆਮ ਟਰਾਲੀਆਂ ਹੁੰਦੀਆਂ ਨੇ ਹੈ ਨਾ, ਉਹਨਾਂ ਦੇ ਤਾਂ ਸੰਗਲ ਪਾਇਆ ਹੁੰਦਾ, ਇਹਨਾਂ ਨੇ ਤੁਸੀਂ ਨੇ ਕੀ ਡਿਫਰੈਂਟ ਕੀਤਾ ਇਹਦੇ ਵਿੱਚ? ਇਹ ਵੀਰੇ ਜਿਹੜਾ ਸੰਗਲ ਹੁੰਦਾ ਉਹ ਆਪਣਾ ਮਤਲਬ ਜਦੋਂ ਆਪਾਂ ਟਰਾਲੀ ਚੱਲਦੀ ਆ ਉਹ ਖੜਕੀ ਜਾਂਦਾ ਹੁੰਦਾ, ਤਾਂ ਇਹਦੇ ਕਰਕੇ ਆਪਾਂ ਸੰਗਲ ਦੀ ਫੈਸਿਲਿਟੀ ਕਢਾ ਕੇ ਅਤੇ ਆਪਾਂ ਦੂਜਾ ਲੋਕ ਲਾਇਆ ਸਪਰਿੰਗ ਵਾਲਾ ਵੀਰੇ, ਆਹ ਐਵੇਂ ਲੋਕ ਖੁੱਲ੍ਹ ਜਾਂਦਾ ਵੀਰੇ। ਇਹ ਥੋੜ੍ਹਾ ਸੌਖਾ ਹੈ ਨਾ? ਹਾਂ ਵੀਰੇ ਸੌਖਾ ਵੀ, ਨਾਲੇ ਟਰਾਲੀ ਜਦੋਂ ਪਿੱਛੇ ਜਾਂਦੀ ਆ ਆਵਾਜ਼ ਨਹੀਂ ਕਰਦੀ ਯਾਰ, ਪਤਾ ਨਹੀਂ ਲੱਗਦਾ ਵੀ ਟਰਾਲੀ ਪਾਈ ਹੋਈ ਆ ਜਾਂ ਕੋਈ ਕੁਛ ਵੀ ਪਾਇਆ ਹੋਇਆ, ਵੀ ਆਵਾਜ਼ ਨਹੀਂ ਕਰੂ ਜਦੋਂ ਆਪਣੀ ਟਰਾਲੀ ਜਾਊ, ਅਤੇ ਆਪਣੀ ਐਂ ਲੱਗ ਜਾਂਦੀ ਵੀਰੇ। ਬਿਲਕੁਲ ਸੌਖਾ ਹੀ ਆ ਨਾ ਕੰਮ? ਹਾਂਜੀ ਵੀਰੇ ਹਾਂਜੀ। ਦੋਸਤੋ ਆਪਾਂ ਦੇਖ ਰਹੇ ਨਾ ਵੀ ਖਾਨ ਬ੍ਰਦਰਸ ਨੇ ਬਹੁਤ ਵਧੀਆ ਟਰਾਲੀ ਬਣਾਈ ਆ, ਅਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਖਾਸ ਕਰਕੇ ਸਾਡੇ ਜਿਹੜੇ ਦੁਆਬੇ ਵਾਲੇ ਵੀਰ ਨੇ ਉਹ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਰੱਖਦੇ। ਦੋਸਤੋ ਆਪਾਂ ਨੇ ਦੇਖਿਆ ਨਾ ਵੀ ਖਾਨ ਵੀਰ ਹੋਰਾਂ ਨੇ ਬਹੁਤ ਵਧੀਆ ਟਰਾਲੀਆਂ ਬਣਾਈਆਂ ਨੇ, ਅਤੇ 3-4 ਟਰਾਲੀਆਂ ਇਦੋਂ ਪਹਿਲਾਂ ਇਹਨਾਂ ਦੀਆਂ ਜਾ ਚੁੱਕੀਆਂ ਨੇ, 5-7 ਦੇ ਹੋਰ ਆਰਡਰ ਇਹਨਾਂ ਕੋਲ ਆਲਰੇਡੀ ਆ ਚੁੱਕੇ ਨੇ। ਇੱਕ ਵੀਰੇ ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਪਹਿਲਾਂ ਜਿਹੜੇ ਟਰਾਲੀਆਂ ਦੀਆਂ ਉਹਨਾਂ ਦੀ ਜਿਹੜੀ ਆ ਸਟੈਂਡ ਸੀ, ਸਟੈਂਡ ਹੁੰਦਾ ਨਾ ਇਹ, ਮਤਲਬ ਪਹਿਲਾਂ ਵੀ ਉੱਪਰ ਨਿਕਲ ਜਾਂਦੀ ਸੀ, ਅਤੇ ਇਹਦਾ ਕਿਵੇਂ ਕਰਿਆ ਤੁਸੀਂ? ਇਹ ਵੀਰੇ ਇਹ ਉੱਪਰ ਨਿਕਲਦੀ ਸੀ, ਉੱਪਰ ਥੋੜ੍ਹਾ ਡਿੱਕਾ ਲਾਉਂਦੀ ਸੀ ਆਪਾਂ, ਜਾਂ ਉੱਪਰ ਖੜ੍ਹੀ ਟਰਾਲੀ ਢੱਕਣ ਖੋਲ੍ਹਦੇ ਤਾਂ ਡਿੱਕਾ ਲਾਉਂਦੀ ਸੀ, ਤਾਂ ਇਸ ਕਰਕੇ ਆਹ ਪਿੰਨ ਨਿਕਲ ਜਾਂਦੀ ਆ ਵੀਰੇ, ਆਹ ਪਿੰਨ ਨਿਕਲ ਕੇ ਤਾਂ ਮੁੜ ਕੇ ਆਹ ਪਿੰਨ ਦੁਬਾਰੋਂ ਪੈ ਜਾਂਦੀ ਆ ਵੀਰੇ ਇਹਦੀ। ਹੁਣ ਥੋੜ੍ਹਾ ਜਿਹਾ ਪਰੇਸ਼ਾਨੀ ਘੱਟ ਹੋ ਗਈ ਹੈ ਨਾ? ਹਾਂ ਪਰੇਸ਼ਾਨੀ ਘੱਟ ਹੋ ਗਈ, ਨਾਲੇ ਉਹ ਜਦੋਂ ਬਾਜ ਨਾਲ ਚੱਕਣੀ ਪੈਂਦੀ ਆ, ਅਤੇ ਆਹ ਵੀਰੇ ਚੱਕ ਕੇ ਵੀ ਦਿਖਾ ਦਿੰਦੇ ਤੁਹਾਨੂੰ, ਆਹਦੀ ਵੀਰੇ ਐਂ ਚੱਕੀ ਜਾਂਦੀ ਹੈ, ਐਂ ਪਿੰਨ ਪੈ ਜਾਂਦੀ ਆ, ਅਤੇ ਜਦੋਂ ਲਾਉਣਾ ਲੋਕ ਐਂ ਲੋਕ ਲੱਗ ਜਾਂਦੇ ਵੀਰੇ। ਇਹ ਟਰਾਲੀ ਦਾ ਨਾ ਇੱਕ ਆਮ ਇਨਸਾਨ ਵੀ ਹੈ ਨਾ ਘੜੀ ਸਕੇ ਉੱਧਰ ਲਿਆ ਸਕਦਾ, ਜਵਾਕ ਵੀ ਚੱਕ ਸਕਦਾ ਯਾਰ, ਆਪਾਂ ਆਹੀ ਹਿੱਸਾ ਉਸ ਹਿਸਾਬ ਨਾਲ ਫਿੱਟ ਕਰਿਆ, ਨਾ ਦਾਬੂ ਆ ਨਾ ਲਾਲ ਆ ਵੀਰੇ। ਜਿਵੇਂ ਹੈ ਨਾ ਕਿਸੇ ਵੀ ਗੱਡੀ ਮਗਰ ਪਾ ਲਓ ਇਹਨੂੰ ਨਾ ਵੀਰੇ, ਗੱਡੀ ਮਗਰ ਬਲੈਰੋ ਪਾਲ ਮਗਰ ਸਕਾਰਪੀਓ ਨੋਵਾ ਜਿਸ ਮਗਰ ਹੁੱਕ ਮਗਰ ਲਾਇਆ, ਕੋਈ ਪਤਾ ਨਹੀਂ ਲੱਗੂ ਵੀ ਯਾਰ ਮਗਰ ਟਰਾਲੀ ਪਾਈ ਹੋਈ ਆ, ਕੋਈ ਫਾਲਤੂ ਵਜਨ ਨਹੀਂ ਆਊਗਾ ਗੱਡੀ ਦੇ ਉੱਪਰ। ਬਾਕੀ ਜਿਹੜੇ ਮੁੰਡੇ ਨੇ ਕਰਾਈ ਆ ਉਹ ਜੀਪ ਜਾਂ ਟਰੈਕਟਰ ਮਗਰ ਵਰਤਣਗੇ, ਗੱਡੀਆਂ ਵੀ ਨੇ ਉਹਨਾਂ ਕੋਲ ਆਪਣੇ ਦੁਆਬਾ ਮਿਲਣ ਪੈਲਸ ਵਾਲੇ ਨੇ ਨਵੇਂ ਸ਼ਹਿਰ ਤੋਂ ਵੀਰੇ। ਸੋ ਦੋਸਤੋ ਖਾਨ ਵੀਰ ਹੋਰਾਂ ਨੇ ਬਹੁਤ ਅੱਛੀ ਟਰਾਲੀ ਬਣਾਈ ਆ, ਕਿਸੇ ਨੇ ਵੀ ਆਰਡਰ ਕਰਨਾ ਹੋਵੇ ਸਕਰੀਨ 'ਤੇ ਵੀਰ ਹੋਰਾਂ ਦਾ ਨੰਬਰ ਘੁੰਮਦਾ ਗਾ, ਜਦੋਂ ਮਰਜ਼ੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਰਾਤ ਨੂੰ ਕਰੋ ਦਿਨੇ ਕਰੋ, ਤੁਹਾਡਾ ਫੋਨ ਅਟੈਂਡ ਜ਼ਰੂਰ ਕਰਨਗੇ। ਅਤੇ ਆਓ ਹੁਣ ਹੋਰ ਵੀ ਚੀਜ਼ਾਂ ਦੇਖਦੇ ਹਾਂ, ਅਤੇ ਖਾਨ ਸਾਹਿਬ ਹੋਰਾਂ ਨੇ ਖਾਨ ਐਗਰੋ ਇੰਡਸਟਰੀ ਦੇ ਵਿੱਚ ਹੋਰ ਕੀ ਤਿਆਰ ਕੀਤਾ ਗਾ, ਆਹ ਜਿਹੜੀ ਚੀਜ਼ ਪਈ ਹੈ ਇਹਨੂੰ ਕੀ ਕਹਿੰਦੇ ਨੇ, ਇਹਦੇ ਬਾਰੇ ਵੀ ਜਾਣਕਾਰੀ ਦਿਓ। ਇਹ ਵੀਰੇ ਇਹਨੂੰ ਕਟਰ ਕਹਿੰਦੇ ਨੇ, ਰੀਪਰ ਵੀ ਕਹਿੰਦੇ ਨੇ, ਜਿਵੇਂ ਸੰਗਰੂਰ ਏਰੀਏ 'ਚ ਆਪਣੇ ਰੀਪਰ ਬੋਲਦੇ ਨੇ, ਜਿਵੇਂ ਗੁਰਦਾਸਪੁਰ ਏਰੀਆ, ਅੰਮ੍ਰਿਤਸਰ ਏਰੀਆ, ਜਾਂ ਆਪਣਾ ਹਰਿਆਣਾ, MP, UP, ਮਹਾਰਾਸ਼ਟਰ, ਇੱਥੇ ਉਹਨੂੰ ਕਟਰ ਬੋਲਦੇ ਨੇ ਵੀਰੇ। ਇਹ ਕਟਰ ਦੀ ਕੀ ਖਾਸੀਅਤ ਆ? ਇਹ ਕਟਰ ਵੀਰੇ ਆਪਣੀ ਹੋਰ ਕੰਪਨੀਆਂ ਨੂੰ ਕਾਫੀ ਖਾਸੀਅਤ ਆ, ਇੱਕ ਤਾਂ ਜਿਹੜਾ ਇਹਦਾ ਗੇਅਰ ਲੱਗਿਆ ਹੋਇਆ ਵੀਰੇ ਫੁੱਲ ਹੈਵੀ ਆ, ਅਤੇ ਜ਼ਿਆਦਾਤਰ ਪਹਿਲਾਂ ਦੇਗੀ ਵਾਢੀ ਚਲਾਉਂਦੇ ਸੀਗੇ,
चार लीटर तेल पैंदा ते इहदी फुल गरंटी है वीरे, कोई बैरिंग तोड़ जे जां दंदा गरारी दंदा भोर जे कुछ भी कर दे अपनी फुल गरंटी है वीरे। तेरी जिम्मेवारी है? हाँ वीरे मेरी जिम्मेवारी, जिथे खराब हो उत्थे जाके जे कुछ हुंदा इहनूं तां चेंज कीता जाऊगा वीरे। 99% खराब ही नहीं हुंदा, जे हुंदा तां कंपनी दी फुल गरंटी है। दोस्तों खान साहब पूरी पूरी हिक ठोक के गरंटी लैंदे ने, एक वारी जरूर कॉल करियो। ते काज मैं टूल लाया, ये कादे वास्ते लाया? ये टूल वीरे जदों आपां जिवें इहदे थल्ले जिहड़े ब्लेड थल्ले उह अपने छुरियां नहीं घसियां जांदियां, छुरियां उह आपां एक्सट्रा हुंदे ने चार पंज पीस, चार पंज जोड़ियां उहदे विच धरियां जांदे ने बई। जे इहदे विचों वी वधिया ना तां इहदे विच इक फैसिलिटी होर दित्ती आपां ने, आह छुरी दा नाप आ वीरे इहदे विच 5-10 छुरियां इहदे विच पै सकदियां ने। जिहड़े आह किल लाए ने, किलां चाढ़ के उपरे नड़ चढ़ जाणगे वीरे छुरियां पा के। ते इहदा किन्ना क वेट हुंदा गा? इहदा वेट वीरे 2.25 क्विंटल वेट आ वीरे इहदा। ते किले च इह किन्ने क वढ के मारदा हो? 20 मिनट च वीरे किला वढ दिंदा वीरे, खड़ियाउण दी अपनी फुल गरंटी आ, ट्रैक्टर लोड मन जे उहदी वी फुल गरंटी आ अपनी। क्या ना किहड़ा ट्रैक्टर चकदे नूं? ट्रैक्टर वीरे 45 HP तों लै के 60 HP तक ट्रैक्टर इहनूं खिचदा वीरे। ते आह जिवें हुण उपर आ ना इह पिया गा, इह थले धरती नूं तां नहीं वढदा नाल? ना वीरे धरती नूं नहीं वढदा, इह धरती तों अपना 1 इंच उच्चा बस उच्चा वढदा, मिट्टी नहीं चकदा वीरे। मिट्टी चकण दी वी अपनी गरंटी होगी थल्लों, मिट्टी चक ले क्योंकि अपने बहन हुण पद्धर ही ने लगभग, तो मिट्टी चकण की अपनी गरंटी होगी पूरी वीरे। सिर्फ 1 इंच करचा रहू थले, बाकी उपरों सारा वढ के मारू। कहण तो भाव पूरा हैवी बनाया है ना, भी किसी पास मोशन वाला तो है नहीं? हाँ जी हाँ जी वीरे, 6 इहदी लंबाई है जी, 6 फुट आ, इहदी उचाई 2 फुट आ वीरे, बिचों आए 6 फुट उरों तो लैके तो अपने वो उत्थे तक बिचों 6 फुट आ, बाहरों भी 6 फुट 4 इंच है। 6 फुट 4 इंच ये बाहरों आ? हाँ जी हाँ जी, 6 फुट बाहरों ही 6 फुट। जिवें कोई रोड़े राड़े बजदे ने जां होर उहदे नाल इहनूं कोई फर्क नहीं पैंदा? कोई फर्क नहीं पैंदा वीरे इहनूं, कुछ मर्जी बजी जावे अपनी फुल गरंटी आ। 32 वीरे फुल हैवी लगी हुई है कैंची दे उपर, सब तों ज़्यादा वीरे जे कैंची दी कम हुंदा, कैंची और गेयर दा। ते जे दूजी कंपनी दा 60 HP ट्रैक्टर खिचदा तां अपने रीपर नूं 45 HP दा ट्रैक्टर खिचू वीरे, अपने रीपर च खासियत आ। ਇਹ ਮੇਨ ਖਾਸੀਅਤ ਬਣਾਈ ਹੈ? ਮੇਨ ਖਾਸੀਅਤ ਆਪਣੀ ਇਹ ਹੈ। ਠੀਕ ਹੈ, ਬਹੁਤ ਵਧੀਆ, ਸਾਡੇ ਕਿਸਾਨ ਭਰਾਵਾਂ ਵਾਸਤੇ ਖਾਨ ਸਾਹਿਬ ਹੋਰਾਂ ਨੇ ਬਹੁਤ ਅੱਛੀ ਚੀਜ਼ ਬਣਾਈ ਆ ਵੀਰੇ। ਇੱਕ ਵਾਰੀ ਕਾਲ ਜ਼ਰੂਰ ਕਰਕੇ ਦੇਖਿਓ, ਅਤੇ ਹੋਰ ਵੀ ਤੁਹਾਨੂੰ ਦਿਖਾਉਂਦੇ ਹਾਂ ਵੀ ਹੋਰ ਕੀ ਬਣਾਉਂਦੇ ਨੇ। ਤੁਸੀਂ ਆਹ ਮਸ਼ੀਨ ਬਣਾਈ ਆ, ਇਹਦਾ ਕੀ ਕੰਮ ਆ, ਇਹ ਕਾਹਦੇ ਕੰਮ ਆਉਂਦੀ ਆ? ਇਹਨੂੰ ਵੀਰੇ ਪੱਖਾ ਕਹਿਣੇ ਆ, ਅਤੇ ਪੈਡੀ ਕਲੀਨਰ ਵੀ ਕਿਹਾ ਜਾਂਦਾ ਇਹਨੂੰ। ਅਤੇ ਇਹ ਵੀਰੇ ਆਪਣੀ ਜਿਹੜੀ ਫਸਲ ਹੁੰਦੀ ਆ ਜਿਵੇਂ ਕਣਕ, ਜੀਰੀ, ਸਰੋਂ, ਆਪਣੇ ਹੋਰ ਕਈ ਫਸਲਾਂ ਹੁੰਦੀਆਂ ਨੇ ਆਪਣੇ UP MP 'ਚ, ਉਹ ਸਾਰੀਆਂ ਫਸਲਾਂ ਸਾਫ਼ ਕਰਦੇ ਨੇ। ਸਿਰਫ ਇਕੱਲੀ ਆਹ ਜਿਹੜੀ ਜਾਲੀ ਆ ਆਪਣੀ, ਇਹਨੂੰ ਚੇਂਜ ਕਰਨਾ ਪੈਂਦਾ ਫਸਲ ਦੇ ਹਿਸਾਬ ਨਾਲ। ਕਿਹੜੀ ਜਾਲੀ ਦੀ ਗੱਲ ਕਰਦੇ ਹੋ? ਜਿਹੜੀ ਵੀਰੇ ਆਹ ਜਾਲੀ ਆਪਣੀ ਉੱਪਰ ਵਾਲੀ ਆ, ਜਿਹਦੇ ਵਿੱਚ ਆਪਣਾ ਜਦੋਂ ਆਪਾਂ ਕੋਈ ਵੀ ਸਮਾਨ ਝਾੜਨਾ ਇਹਦੇ ਵਿੱਚ ਪੈਂਦਾ ਉਹ, ਅਤੇ ਉਹ ਫਸਲ ਦੇ ਹਿਸਾਬ ਨਾਲ ਇਹ ਜਾਲੀ ਚੇਂਜ ਹੋ ਜਾਂਦੀ ਹੈ ਬਈ। ਅਤੇ ਇਹਦੇ 'ਚ ਕੀ ਕੀ ਫੈਸਿਲਿਟੀ ਲਾਈ ਹੈ ਤੁਸੀਂ, ਅਤੇ ਕਿੰਨਾ ਕੁ ਠੋਸ ਹੈ ਉਹ ਵੀ ਮਾੜਾ ਜਿਹਾ? ਇਹ ਵੀਰੇ 5 ਕੁਇੰਟਲ ਦਾ ਪੱਖਾ, ਆਮ ਕੰਪਨੀਆਂ ਨੂੰ ਆਪਣਾ ਪੱਖਾ ਭਾਰ ਰਹੀ ਆ। ਜਿਹੜੀ ਇਹਦੀ ਵੀਰੇ ਆਹ ਚਾਦਰ ਹੈ 16 ਗੇਜ ਲੱਗੀ ਹੋਈ ਆ, ਅਤੇ ਜਿਹੜੀ ਆਪਣੀ ਕਨਵੇਅਰ ਵਾਲੀ ਚਾਦਰ ਆ ਉਹ ਆਪਾਂ 14 ਗੇਜ ਲਾਉਣੇ ਆ। ਹੋਰ ਕੰਪਨੀਆਂ ਨੂੰ ਆਪਣੀ ਚਾਦਰ ਹੈਵੀ ਆ, ਅਤੇ ਜਿਹੜੇ ਆਪਣੇ ਬੈਰਿੰਗ ਨੇ ਆਹ ਵੀਰੇ, ਆਹ ਬੈਰਿੰਗ ਹੋ ਗਏ, ਆਹ ਬੈਰਿੰਗ ਹੋ ਗਏ, ਇਹ ਸਾਰੇ NBC ਦੇ ਬੈਰਿੰਗ, ਕੰਪਨੀ ਦੇ ਬੈਰਿੰਗ ਨੇ। ਆਪਣੀ ਫੁੱਲ ਗਰੰਟੀ ਆ ਪੱਖੇ ਦੀ, ਕੁਛ ਵੀ ਹੋ ਜਾਵੇ, ਕੋਈ ਵੀ ਕੰਪਲੇਂਟ ਆ, ਕੁਛ ਵੀ ਹੋ ਜਾਵੇ ਯਾਰ, ਆਪਣੀ ਫੁੱਲ ਗਰੰਟੀ ਆ ਜੀ। ਵੀ ਜੇ ਪੱਖੇ ਨੂੰ ਕੋਈ ਨਿੱਕੀ ਹੁੰਦੀ ਆ ਤਾਂ ਤੁਸੀਂ ਜ਼ਿੰਮੇਵਾਰ ਹੋ? ਹਾਂ ਅਸੀਂ ਜ਼ਿੰਮੇਵਾਰ ਹਾਂ ਵੀਰੇ, ਕੁਛ ਵੀ ਹੁੰਦਾ ਪੱਖੇ ਨੂੰ ਯਾਰ, ਕੋਈ ਵੀ ਮਾੜਾ ਮੋਟਾ ਜੋ ਵੀ, ਸਾਰਾ ਜ਼ਿੰਮੇਵਾਰ ਹਾਂ ਇਹਦੇ ਪੱਖੇ ਦੇ, ਜੋ ਕੁਛ ਵੀ ਹੁੰਦਾ ਇਹਨੂੰ। ਅਤੇ ਇਹਦੇ 'ਚ ਮੋਟਰ ਕਿੰਨੇ ਪਾਵਰ ਦੀ ਲਾਉਣੇ ਹੋ? ਇਹ 'ਚ ਮੋਟਰ ਵੀਰੇ 2 ਪਾਵਰ ਦੀ ਲਾਉਣੇ ਆ, 3 ਸਟਾਰ ਦੀ ਮੋਟਰ ਲਾਉਣੇ ਵੀਰੇ। 3 ਸਟਾਰ ਦੀ ਨਾ? ਹਾਂਜੀ ਹਾਂਜੀ ਵੀਰੇ, ਆਹ ਜਿਹੜਾ ਆਪਣਾ ਇਹ ਵੱਧ ਘੱਟ ਕਰਨ ਵਾਸਤੇ ਆ ਹਵਾ, ਆਹ ਪਿੱਛੇ ਆ ਵੀਰੇ ਵੱਧ ਘੱਟ, ਜਿਵੇਂ ਉਰੇ ਫੁੱਲ ਆ ਹਵਾ ਇਹਦੀ, ਇੱਥੇ ਆਏ ਘੱਟ ਗਈ ਇਹਦੀ, ਇੱਥੇ ਆ ਕੇ ਹੋਰ ਘੱਟ ਗਈ, ਜਦੋਂ ਇੱਥੇ ਆ ਕੇ ਜਮ੍ਹਾਂ ਬੰਦ ਹੋ ਗਈ ਵੀਰੇ ਹੁਣ ਇਹ ਹਵਾ ਇਹਦੀ, ਜੇ ਆਪਾਂ ਨੇ ਘੱਟ ਮਾਲ ਮੂਲ ਕੱਢਣਾ। ਆਹ ਪੌੜੀ ਕਾਹਦੇ ਵਾਸਤੇ ਲਾਈ ਆ? ਇਹ ਪੌੜੀ ਯਾਰ ਕਈ ਵਾਰ ਕੋਈ ਬੰਦਾ ਮਧਰਾ ਹੁੰਦਾ ਜਿਵੇਂ, ਤਾਂ ਉਹ ਪੀਪਾ ਇੱਥੋਂ ਪੈਰ ਧਰ ਲੈਂਦਾ, ਅਤੇ ਪੀਪਾ ਚੱਕ ਕੇ ਨਾ ਨੀਚੋਂ ਉਰੋਂ ਪੈਰ ਧਰ ਕੇ ਪਾ ਦਿੰਦਾ ਤਾਂ ਚੜ੍ਹ ਕੇ। ਅਤੇ ਇੱਕ ਇਹਦੀ ਆਹ ਫੈਸਿਲਿਟੀ ਆ ਬਾਈ, ਜੇ ਦਾਣੇ ਜ਼ਿਆਦਾ ਹੋ ਜਾਣ ਨੀਚੇ ਤਾਂ ਇਹ ਬੰਦ ਹੋ ਜਾਂਦਾ ਵੀਰੇ, ਐਂ ਖੁੱਲ੍ਹੇ ਉਰੇ ਖੁੱਲ੍ਹ ਗਿਆ ਪੂਰਾ ਵੀਰੇ, ਇੱਥੇ ਬੰਦ ਹੋ ਜਾਂਦਾ। ਅਤੇ ਸਫਾਈ ਦੀ ਆਪਣੀ ਫੁੱਲ ਗਰੰਟੀ ਹੋਊਗੀ,
बाकी आप वीडियो दिखा देंगे जी। तो जोड़ा ये मतलब आप हम देखा एक किन्ना क कम कर दिता एक दिन च एक दिन च भाई बंदे दिखा रहा जी मैं बार चलाई जाए चौबी घंटे चलाई जाए कोई चक्कर ना मोटर दे ना पखा दे बस अपनी जी लेबर आबर की भी ये घट आ भी कन्वेयर लगन कारण लेबर घट गई तो जोड़ा आ लाया है ना हाँ भी जी कन्वेयर लगन कारण लेबर घट गई जो ट्राली च पाने ट्राली लवे ला के टापा भी थोड़ा तह चक्या जाता है तो यह ट्राली पाई जाता जो नीचे डिगना जो माड़ी मोटी गिल होंगे कणक च ये उपर जो छाण के मारदा तो नीचे आए सुके जाती है भी तो ज़्यादातर यह किड़े एरिए वरते हैं ये भी अपने जिमें अपने उरे मंडी बोर्ड आ अपने मंडिया चलता है जिमें अपने हरियाणा हो गया कुछ के एरिया हरियाणा का यूपी का हो गया एम पी का महाराष्ट्र इतने भी लगभग घर घर ही पक्के ने कणक झार के लैके जाते हैं उत्तर क्योंकि डीलर खरीदते हैं जोड़ा अपना किसानी अंदोलन चल रहा वो मंडी बोर्ड करके चल रहे भी भी जे ये सारा सर्कल मंडी बोर्ड ना हाँ जिम्मे अपने पंजाब हरियाणा मंडी बोर्ड आ उत्थे मंडी बोर्ड उधर है नहीं तो उही किसानी अंदोलन अपने मंडी बोर्ड हटाना चाहते हैं जिस कारण किसान को घाटा हो रहा तो तुम की कहना चाहते हो किसानी अंदोलन बारे जो कानून इन्होंने सेंटर गवर्नमेंट ने पास करे कानून तो भी माड़ी ने यार साडे काम से बहुत असर पै रहा जिथे पाँह मुंडे काम करते उसे दस दस मुंडे रह गए वो भी मजबूरी बन गई साडा काम कारण महंगाई इन्नी हद तो वध गई सिर्फ अंदोलन कारण कम घट गया किसानी अंदोलन कारण किसान जो उरे है ही नहीं तो कम भी कौन कराऊगा ये सरकारों को सोचना चाहिए भी ये कानून वापस लैके तो जिम्मे अपने देश का सिस्टम चल रहा तो उम्मीदवार एक खान भीर आ मशीन तुम तैयार की है छोटी जी मशीन है बची जी ये की कम करती है ये भीरे अपना चाप कटर कहते हैं इनू ये अपना टोका कर दिया हरे का अपनी फार्म चली जाती है बाकी आम जिन्हें अपने छोटी जमींदार ने घर घर छोटा है अपना डंगर रखे बिना सरदा नहीं उन्होंने वास्ते भी एक साइड से ला के चाहे सीधा खुरली के टोका पा दे खुरली खुरली के कोले ला के ना भी उत्थे पट्ठे उत्थे पट्ठे पा बंदा उत्थे पट्ठे लवे पाए चक्के द्वारों पाने की लोड़ नहीं हैगी ते सारी तुसी आप तैयार की है हाँ भीरे साडी अपनी काढ़ा भीरे ये ठीक है भी कई चाइना मेड भी आई जांदियां ने पर वो आपां देखिया बहुते वधिया नहीं बनदियां हाँ चाइना मेड भी आई जांदे ने भीरे सारी आई ने अपनी खुद की काढ़ है च अपना सारा मटीरियल आपदा तैयार करया होया भीरे ब्लेडां तों लै कटर सारा कुछ ए टू जेड अपना समान तैयार करया होया भीरे ते हुण इह मतलब इहदे मोटर किन्ने क दी लगदी आ इहदे मोटर भीरे दो पावर दी आ वो गाहक से डिपेंड आ भी किहड़ी कंपनी की लाउणी चाहुंदा असी सी स्टार की मोटर ला के दिंदे आ जी वो 8000 की मोटर आ भीरे अच्छा भी मोटर थोड़ी वधिया गी मोटर वधिया हाँ भीरे वधिया कंपनी की मोटर आ बाकी गाहक से डिपेंड आ जिवें भी गाहक दी पसंद होऊ आपां उवें दी मोटर ला के दांगे मोटर वाला आपां नूं कोई दिक्कत नहीं भीरे ते इह तां दो मैं भी देख रहा ना बहुत वधिया है ना जिवें पहलां वड्डियां मशीनां हुंदियां तीआं उहदे विच ज़्यादातर आपां देखदे आ भी हाथ आउण दा थोड़ा जिहा प्रॉब्लम आउंदी सी है ना तो हूँ ए फर्क है ना नीवी जी भी हाथ जो आप जो रुग लावे ना इस आप रुग लाने तो रुग जो आप धरता यह आप ऐटोमैटिक खिंच लेंदी है भी चक्कर ये ज्यादा ने आम मशीनों टोका छेती करती है रुग आम मशीना जिन्नी लेंदी है भी मतलब जिन्ना मर्जी करी जाओ हाँ जिन्ना मर्जी करी जाओ टोका च सारा दिन करी जाओ जिमें भी है ना फार्मा च भी चल रही ने भी मशीन अपन आपके को भी 25-30 मशीन की बुकिंग चल रही है भी तो आप देख रहे ना भी बहुत वधिया खान साहब होर ने बनाई है मशीन तो जे किसी ने मेरे वीर ने नंबर मशीन ये बुक करवानी आ जां लैनी आ इह पिंड पैंदा घराचों भवानीगढ़ तो सनाम दे विचाले पटियाला मानसा रोड दे उपर है बिल्कुल खान एगरो वर्कस अपना नंबर स्क्रीन ते चल रहा है तो इन्हां नूं फोन तुसी करो तां तुहाडा फोन अटेंड जरूर होगा वीडियो किवें लगी तो जी आप जानकारी ली खान साहब होरां तों किस तरह लगी सानू कमेंटा राही ते शेयर करके जरूर दस्यो ते जिन्हां ने अपना चैनल सबसक्राइब नहीं किया चैनल नू सबसक्राइब जरूर कर लो सारयां नू सत श्री अकाल।